ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮੁ ਅਲੈਕਮ ਦੋਸਤੋ, ਕੀ ਹਾਲ ਚਾਲ ਨੇ? ਤੁਸੀਂ ਦੇਖਦੇ ਪਏ ਹੋ ਸਾਡਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਾਜ਼ਮ। ਜਿੱਦਾਂ ਕਿ ਮੇਰਾ ਵੀ ਕੋਸ਼ਿਸ਼ ਕਰਨਾ ਹਰ ਰੋਜ਼ ਬਿਹਤਰੀਨ ਔਰ ਅੱਛੀ ਵੀਡੀਓ ਲੈ ਕੇ ਹਾਜ਼ਰ ਹੋਵਾਂ। ਇਸੇ ਤਰੀਕੇ ਅਸੀਂ ਫਿਰ ਭਾਈ ਆਬਦ ਕੋਲ ਆਏ ਹਾਂ। ਮਾਸ਼ਾਅੱਲਾ, ਬੜਿਆਂ ਦਿਨਾਂ ਬਾਅਦ ਭਾਈ ਆਬਦ ਨੇ ਬੁਲਾਇਆ ਔਰ ਮਾਸ਼ਾਅੱਲਾ ਬੜਾ ਪਿਆਰਾ ਜਾਨਵਰ ਹੈ, ਬੜਾ ਲਾਜਵਾਬ ਜਾਨਵਰ ਹੈ, ਪਿਓਰ ਜਰਸੀ ਫਰੀਜ਼ੀਅਨ ਔਰ ਚੋਲਸਤਾਨ ਤਿੰਨ ਕ੍ਰਾਸ ਨੇ ਕਰਮਾਲੀ ਦਾ, ਔਰ ਬੜਾ ਪਿਆਰਾ ਜਾਨਵਰ, ਬੜਾ ਅਨਮੋਲ ਜਾਨਵਰ ਦੋਸਤਾਂ ਵੀਰਾਂ ਵਾਸਤੇ ਲੈ ਕੇ ਹਾਜ਼ਰ ਹੋਇਆ। ਅਗਰ ਵੀਡੀਓ ਪਸੰਦ ਆਵੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ ਨਹੀਂ ਦੋਸਤੋ ਭੁੱਲਣਾ। ਔਰ ਮੇਰੇ ਵੀਰਾਂ ਦੋਸਤਾਂ ਨੇ ਤਸੱਲੀਆਂ ਕਰਨੀਆਂ ਨੇ, ਸਿਰੋਂ ਓਰੀਜਨਲ ਮੋਨੀ ਹੈ ਦੋਸਤੋ, ਕੋਈ ਮੋਨੀ ਕੀਤੀ ਨਹੀਂ ਹੋਈ। ਇਹ ਮੇਰੇ ਵੀਰ ਦੋਸਤ ਤਸੱਲੀਆਂ ਕਰ ਲੈਣ, ਮਾਸ਼ਾਅੱਲਾ ਬੜਾ ਪਿਆਰਾ ਪ੍ਰਿੰਟ, ਬੜਾ ਪਿਆਰਾ ਜਾਨਵਰ, ਸਿਰੋਂ ਓਰੀਜਨਲ ਮੋਨੀ, ਕੋਈ ਮੋਨੀ ਕੀਤੀ ਨਹੀਂ ਹੋਈ। ਇਹ ਮੇਰੇ ਵੀਰਾਂ ਦੋਸਤਾਂ ਨੇ ਤਸੱਲੀਆਂ ਕਰ ਲੈਣੀਆਂ ਨੇ, ਪ੍ਰਿੰਟ ਵੇਖਣਾ, ਕੱਦ ਵੇਖਣਾ, ਲਾਮ ਵੇਖਣੀ ਹੈ, ਮਗਰ ਦੋਸਤੋ ਵੱਛਾ ਹੈ। ਔਰ ਮਾਸ਼ਾਅੱਲਾ ਮਾਸ਼ਾਅੱਲਾ ਦੇ ਕਮੈਂਟ ਆਉਣੇ ਚਾਹੀਦੇ ਨੇ। ਔਰ ਥੱਬੇ ਦਾ ਆਰਡਰ ਕੁਆਲਿਟੀ ਥਣ ਮੇਰੇ ਵੀਰਾਂ ਦੋਸਤਾਂ ਨੇ ਵੇਖ ਲੈਣਾ, ਪੂਰੇ ਮੁੱਠ ਮੁੱਠ ਦਾ ਥਣ, ਪੂਰੇ ਗਿੱਠ ਗਿੱਠ ਦੀਆਂ ਵਿਲਾਂ ਤੇ ਆਪਣੀ ਲੋਕੇਸ਼ਨ ਤੇ ਖੜੇ ਨੇ। ਔਰ ਹਵਾਨੇ 'ਚੋਂ ਵਾਜਾ ਨਾੜਾ ਨਜ਼ਰ ਆਈ ਜਾਂਦੀਆਂ ਨੇ। ਔਰ ਮਾਸ਼ਾਅੱਲਾ ਮਾਸ਼ਾਅੱਲਾ ਦੇ ਕਮੈਂਟ ਆਉਣੇ ਚਾਹੀਦੇ ਨੇ ਦੋਸਤੋ। ਔਰ ਗਰਮੀ ਸਰਦੀ ਦੀ ਸ਼ਹਜ਼ਾਦੀ, ਔਰ ਇਹ ਮੇਰੇ ਵੀਰ ਵੇਖ ਲੈਣ, ਮਾਸ਼ਾਅੱਲਾ ਪੱਟਾਂ 'ਚੋਂ ਬਾਹਰ ਨਿਕਲੀ ਫਿਰਦੀ ਹੈ, ਗੱਲਾਂ ਨਾਲ ਨਹੀਂ, ਰੀਜਨਲ ਮਾਸ਼ਾਅੱਲਾ ਪੱਟਾਂ 'ਚੋਂ ਬਾਹਰ ਨਿਕਲੀ ਫਿਰਦੀ ਹੈ, ਹਵਾਨਾ ਲੈ ਕੇ ਟੁਰਿਆ ਨਹੀਂ ਜਾਂਦਾ ਪਿਆ, ਔਰ ਉੱਪਰੋਂ ਬਿਲਕੁਲ ਪੱਧਰ ਪਈ ਹੈ। ਪੁੱਠੇ ਮੇਰੇ ਵੀਰ ਵੇਖ ਲੈਣ, ਮਾਸ਼ਾਅੱਲਾ ਰੀਜਨਲ ਮੱਝ ਤਰ੍ਹਾਂ ਪੁੱਠੇ। ਇੱਕ ਮਿੰਟ ਭਾਈ ਬਾਲਿਆ ਰੋਕੀ। ਔਰ ਮੇਰੇ ਵੀਰ ਇਹ ਲਾਮ ਵੇਖ ਲੈਣ, ਚੰਗੀ ਲਾਮ ਮਾਸ਼ਾਅੱਲਾ ਵੈੜੀ ਦੀ, ਚੰਗਾ ਕੱਦ, ਚੰਗੀ ਲਾਮ, ਚੰਗਾ ਸੋਹਣਾ ਸੁਥਰਾ ਜਾਨਵਰ ਮਾਸ਼ਾਅੱਲਾ। ਔਰ ਇਹ ਮੇਰੇ ਵੀਰ ਥਣ ਵੇਖ ਲੈਣ, ਪੂਰੇ ਆਪਣੀ ਲੋਕੇਸ਼ਨ 'ਤੇ ਇੰਝ ਜਿਵੇਂ ਪੀੜ੍ਹੀ ਦੇ ਚਾਰ ਪਾਵੇ ਹੁੰਦੇ ਨੇ, ਇੰਝ ਖੜੇ ਨੇ ਮਾਸ਼ਾਅੱਲਾ। ਔਰ ਹਵਾਨੇ 'ਚੋਂ ਨਾੜਾ ਵਾਧਿਆ ਨਜ਼ਰ ਆਈ ਜਾਂਦੀਆਂ ਨੇ, ਮਾਸ਼ਾਅੱਲਾ। ਔਰ ਇਹ ਮੇਰੇ ਦੋਸਤਾਂ ਵੀਰਾਂ ਨੇ ਤਸੱਲੀਆਂ ਕਰ ਲੈਣੀਆਂ ਨੇ, ਚੰਗਾ ਆਰਡਰ ਕੁਆਲਿਟੀ, ਚੰਗਾ ਪਿਆਰਾ ਜਾਨਵਰ। ਇਹ ਮੇਰੇ ਵੀਰ ਟੁੰਨੂ ਫਿਰ ਨੂੰ ਵੇਖ ਲੈਣ, 16 ਨੇ, ਕੋਈ ਲੱਤ 'ਚ ਵੀ ਘਾਟਾ ਵਾਧਾ ਨਹੀਂ, ਕੋਈ ਸਰਨ ਨਹੀਂ, ਕੋਈ ਵਾਹ ਨਹੀਂ, ਇਸ ਗੱਲ ਦੀਆਂ ਮੇਰੇ ਵੀਰਾਂ ਤਸੱਲੀਆਂ ਕਰ ਲੈਣੀਆਂ ਨੇ। ਔਰ ਇਹ ਮੇਰੇ ਵੀਰ ਵੇਖਣ, ਬਿਲਕੁਲ ਉੱਪਰੋਂ ਪੱਧਰ ਪਈ, ਉੱਥੇ ਹੀ ਬੰਨ ਪਈ ਇੱਕ ਬਾਗ, ਔਰ ਬਿਲਕੁਲ ਉੱਪਰੋਂ ਪੱਧਰ ਪਈ ਹੋਈ, ਮਾਸ਼ਾਅੱਲਾ ਫੁੱਲ ਕ੍ਰਾਸ 'ਚ, ਪਿਓਰ ਚੋਲਸਤਾਨੀ ਫਰੀਜ਼ੀਅਨ ਜਰਸੀ ਤਿੰਨ ਕ੍ਰਾਸ ਨੇ ਕਰਮਾਲੀ 'ਚ। ਔਰ ਮਾਸ਼ਾਅੱਲਾ ਗਰਮੀ ਸਰਦੀ ਦੀ ਸ਼ਹਿਜ਼ਾਦੀ ਦੋਸਤੋ, ਔਰ ਦੁੱਧ ਵੀ ਇਹਦਾ ਸਫੈਦ ਹੋਵੇਗਾ ਮੱਝਾਂ ਰੰਗਾ, ਔਰ ਫਾੜਾ ਦਾ ਹਵਾਨਾ। ਇਹ ਮੇਰੇ ਵੀਰ ਦੋਸਤ ਵੇਖ ਲੈਣ, ਮਾਸ਼ਾਅੱਲਾ ਲਾਈਵ ਚੁਆਈ ਹੋ ਜਾਏਗੀ, ਇਹਦੇ 'ਚ ਹਰ ਗੱਲ ਦੀ ਦੋਸਤਾਂ ਵੀਰਾਂ ਦੀ ਤਸੱਲੀ ਹੋ ਜਾਏਗੀ, ਅਸੀਲ ਸਾਹਿਬ ਦੀ ਛੱਟੇ ਫੁਆਰ ਦੀ ਹਰ ਗੱਲ ਦੀ ਮੈਂ ਆਪਣੇ ਵੀਰਾਂ ਦੋਸਤਾਂ ਦੀ ਤਸੱਲੀ ਕਰਾ ਦਿਆਂਗਾ। ਜੀ ਸਰ ਹੋ ਗਈ ਜੀ ਸਰ, ਮੈਂ ਤੁਹਾਨੂੰ ਵੀਡੀਓ ਭੇਜ ਠੀਕ ਹੈ। ਇਹ ਮੇਰੇ ਵੀਰਾਂ ਦੋਸਤਾਂ ਨੇ ਤਸੱਲੀਆਂ ਕਰ ਲੈਣੀਆਂ ਨੇ ਕਰਮਾਲੀ ਦੀਆਂ, ਮਾਸ਼ਾਅੱਲਾ ਮੇਰੇ ਵੀਰਾਂ ਦੋਸਤਾਂ ਨੇ ਸਿਰ ਤੋਂ ਰੱਖ ਕੇ ਖੁਰਚ ਕਰਵਾੜੀ ਦੀ ਤਸੱਲੀ ਕਰਨੀ ਹੈ। ਮਾਸ਼ਾਅੱਲਾ 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 ਦੇ ਕਮੈਂਟ ਆਉਣੇ ਚਾਹੀਦੇ ਨੇ। ਅੱਜ ਦੋਸਤਾਂ ਵੀਰਾਂ ਵਾਸਤੇ ਲਾਜਵਾਬ ਹੀਰਾ ਲੈ ਕੇ ਆਉਂਦਾ, ਮਾਸ਼ਾਅੱਲਾ ਪ੍ਰਿੰਟ ਬੜਾ ਪਿਆਰਾ, ਮਾਸ਼ਾਅੱਲਾ ਰੰਗ ਬੜਾ ਪਿਆਰਾ ਕਰਮਾਲੀ ਦਾ, ਔਰ ਹਵਾਨਾ ਬੜਾ, ਮਾਸ਼ਾਅੱਲਾ ਥਣ ਬੜਾ ਪਿਆਰਾ, ਔਰ ਸਿਰੋਂ ਮੋਨੀ ਕਰਮਾਲੀ 'ਚ ਕੋਈ ਕਮੀ ਨਹੀਂ ਦੋਸਤੋ, ਮਗਰ ਵੱਛਾ, ਔਰ ਬਿਲਕੁਲ ਕੱਚੀ ਸੂਈ ਹੈ, ਔਰ ਕਿੰਨਾ ਦੁੱਧ ਹੈ ਉਹ ਲਾਈਵ ਚੁਆਈ ਹੋ ਜਾਏਗੀ। ਔਰ ਇਹ ਨਾੜਵਾ ਬੱਚੇ ਦਾ ਨਾਲ ਖੜਾ, ਇਹ ਮੈਂ ਆਪਣੇ ਵੀਰਾਂ ਦੋਸਤਾਂ ਨੂੰ ਤਸੱਲੀ ਕਰਾ ਦਿਆਂ, ਬਾਕੀ ਮੇਰੇ ਵੀਰਾਂ ਦੋਸਤਾਂ ਨੇ ਆਪ ਵੀ ਦੇਖ ਲੈਣਾ। ਔਰ ਇਹ ਹਵਾਨੇ 'ਚ ਨਾੜਾ ਵਾਧਾ ਨਜ਼ਰ ਆਈ ਜਾਂਦੀਆਂ ਨੇ, ਮਾਸ਼ਾਅੱਲਾ ਮਾਸ਼ਾਅੱਲਾ ਦੇ ਕਮੈਂਟ ਆਉਣੇ ਚਾਹੀਦੇ ਨੇ ਦੋਸਤੋ। ਹੁਣੇ ਲਾਈਵ ਚੁਆਈ ਹੋ ਜਾਏਗੀ, ਇਹਦੇ 'ਚ ਹਰ ਗੱਲ ਦੀ ਦੋਸਤਾਂ ਵੀਰਾਂ ਦੀ ਤਸੱਲੀ ਹੋ ਜਾਏਗੀ। ਔਰ ਇਹ ਮੇਰੇ ਵੀਰ ਵੇਖ ਲੈਣ, ਮਾਸ਼ਾਅੱਲਾ ਮਾਸ਼ਾਅੱਲਾ ਬੜਾ ਪਿਆਰਾ ਜਾਨਵਰ ਦੋਸਤੋ, ਔਰ ਬੜਾ ਲਾਜਵਾਬ। ਔਰ ਇਹ ਮੇਰੇ ਵੀਰ ਵੇਖ ਲੈਣ, ਮੈਲਾ ਵੀ ਟੁਰੀ ਖਲੀ ਕਰਮ ਵਾਲੀ। ਬਾਕੀ ਦੋਸਤਾਂ ਵੀਰਾਂ ਨੇ ਤਸੱਲੀਆਂ ਆਪ ਕਰਨੀਆਂ ਨੇ, ਸਾਡਾ ਕੰਮ ਹੈ ਤਸੱਲੀਆਂ ਕਰਾਉਣਾ, ਤਸੱਲੀਆਂ ਕਰਨਾ ਮੇਰਾ ਵੀਰਾਂ ਦਾ ਕੰਮ ਹੈ ਹਮੇਸ਼ਾ ਤੋਂ। ਮਿਹਨਤ ਕਰਕੇ ਏਰੀਆ ਫਿਰ ਕੇ ਸੋਹਣੇ ਸੁਥਰੇ ਜਾਨਵਰ ਦੋਸਤਾਂ ਵੀਰਾਂ ਵਾਸਤੇ ਲੈ ਕੇ ਆਈਦੇ ਨੇ, ਔਰ ਇਨਸ਼ਾਅੱਲਾ ਲੈ ਕੇ ਆਉਂਦਾ ਰਹਿਣਾ ਹਮੇਸ਼ਾ ਤਰ੍ਹਾਂ। ਔਰ ਮਾਸ਼ਾਅੱਲਾ ਮਾਸ਼ਾਅੱਲਾ ਕਰਾਓ ਜੀ, ਚੁਆਈ ਕਰਾਓ, ਅੱਜ ਇਨਸ਼ਾਅੱਲਾ ਲੱਗਦਿਆਂ ਸਾਰ ਜਾਨਵਰ ਇਨਸ਼ਾਅੱਲਾ ਵਿਕੇਗਾ। ਜਾਨਵਰੀ ਇੰਨਾ ਪਿਆਰਾ ਅੱਲਾ ਦੇ ਹੁਕਮ ਨਾਲ, ਇਹ ਲਾਜਵਾਬ ਜਾਨਵਰ ਹੈ,
ਔਰ ਆਊਟ ਕਲਾਸ ਜਾਨਵਰ ਹੈ। ਇਨਸ਼ਾਅੱਲਾ ਕਰੋ ਜੀ, ਕਰੋ ਚੁਆਈ ਕਰੋ। ਔਰ ਮੇਰੇ ਵੀਰਾਂ ਨੇ ਵੇਖਣਾ, ਮਾਸ਼ਾਅੱਲਾ ਮਾਸ਼ਾਅੱਲਾ, ਇਹਨੂੰ ਕਹਿੰਦੇ ਨੇ ਪੂਲੇ ਰੰਗੀ ਚੁਆਈ, ਗੱਲਾਂ ਨਾਲ ਨਹੀਂ ਰਿਜਨਲ ਪੂਲੇ ਰੰਗੀ ਚੁਆਈ। ਔਰ ਭਾਈ ਅਖਬਾਰ ਇੰਝ ਚੋ ਕੇ ਮਿੰਟ 'ਚ ਚੁਆਈ ਕਰਕੇ ਭਰਾ ਹੋ ਗਿਆ, ਮਾਸ਼ਾਅੱਲਾ ਬੜੀ ਟੋਲੀ ਆ ਭਾਅ ਜੀ, ਮਾਸ਼ਾਅੱਲਾ ਟਾਈਮ ਨੋਟ ਕਰਨਾ ਅੱਲਾ ਦੇ ਬੰਦਾ ਕਿੰਨੇ ਚਿਰ ਚੁਆਈ, ਮਾਸ਼ਾਅੱਲਾ ਮਾਸ਼ਾਅੱਲਾ। ਔਰ ਦੋਸਤੋ ਅੱਲਾ ਮੇਰੇ ਦੇ ਹੁਕਮ ਨਾਲ ਹਵਾ ਨਾ ਬਿਲਕੁਲ ਨਿਚੋੜ ਕਰ ਜਾਂਦੀ, ਮਾਸ਼ਾਅੱਲਾ 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 ਮਾਸ਼ਾਅੱਲਾ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਬੜਾ ਪਿਆਰਾ ਜਾਨਵਰ ਦੋਸਤੋ, ਬੜਾ ਲਾਜਵਾਬ ਜਾਨਵਰ। ਔਰ ਹਵਾਨਾ ਬਿਲਕੁਲ ਨਿਚੋੜ ਕਰ ਜਾਏਗਾ ਦੋਸਤੋ, ਇੰਨੀ ਪਿਆਰੀ ਚੁਆਈ ਭਾਅ ਜੀ, ਭਾਵਾਂ ਦੀ ਜਿਹਨਾਂ ਨੇ ਵੱਲ ਸਿੱਖਣਾ ਉਹ ਸਿੱਖ ਸਕਦੇ ਭਾਅ ਜੀ। ਅੱਛਾ ਜੀ ਮਾਸ਼ਾਅੱਲਾ, ਐਡੀ ਪੌਲੀ ਚੁਆਈ, ਚਲੋ ਜੀ ਚਲੋ ਜੀ ਚਲੋ। ਮਾਸ਼ਾਅੱਲਾ ਜਿਵੇਂ ਚੁੱਪਦੀ ਜਾਂਦੀ ਦੋਸਤੋ, ਹਵਾਨਾ ਨਾਲ ਲਾਉਂਦੀ ਜਾਂਦੀ, ਮਾਸ਼ਾਅੱਲਾ ਔਰ ਅਸੀਲ ਇੰਨੀ ਜਿੱਥੇ ਕਰਮ ਵਾਲੇ ਨੇ ਇਹਦੇ 'ਚ ਪਾ ਲੈ, ਇਹਦੇ 'ਚ ਹੋਰ ਪਾ, ਮਾਸ਼ਾਅੱਲਾ ਮਾਸ਼ਾਅੱਲਾ। ਪਾਲਟੀ ਹੋਰ ਲੈਂਦੇ ਜੀ, ਨਹੀਂ ਮਾਸ਼ਾਅੱਲਾ ਦੁੱਧ ਬਥੇਰਾ ਖਾ ਲੈ, ਬਾਲਿਆ ਬਾਲਟੀ ਹੋਣੀ ਚੱਲ ਇਹਦੇ 'ਚ ਪਾ ਲੈ,
ਮਾਸ਼ਾਅੱਲਾ। ਔਰ ਮੇਰੇ ਵੀਰ ਵੇਖ ਲੈਣ ਵਧਿਆ ਬੱਚੇ ਨੂੰ ਵੀ ਕੋਈ 2-2.5 ਕਿਲੋ ਛੱਡਿਆ ਮਾਸ਼ਾਅੱਲਾ। ਦੁੱਧ ਵੀ ਦੋਸਤੋ ਸਫੈਦ ਚਿੱਟਾ ਮੱਝਾ ਰੰਗਾ ਵਧਿਆ ਮੇਰੇ ਵੀਰ ਵੇਖ ਲੈ ਮਾਸ਼ਾਅੱਲਾ। ਚਲੋ ਜੀ ਬਿਸਮਿਲ੍ਲਾ ਇੱਕ ਦੋ ਦੋ ਤਿੰਨ ਤਿੰਨ ਇੱਧਰ ਬੱਲ ਚਾਰ ਚਾਰ ਪੰਜ ਛੇ ਸੱਤ ਸੱਤ ਦਸ ਗਿਆਰਾਂ ਮਾਸ਼ਾਅੱਲਾ ਬਾਰਾਂ ਤੇਰਾਂ ਮਾਸ਼ਾਅੱਲਾ ਚੌਦਾਂ ਪੌਣੇ 15 ਕਿਲੋ ਭਾਜੀ ਮਾਸ਼ਾਅੱਲਾ ਕਹਿੰਦੇ ਭਰੀਜ ਵੀ ਤੁਸੀਂ 14.5 ਹੀ ਲਾਓ 14.5 ਆ ਮੇਰੇ 14 ਲਾਓ ਭਾਜੀ ਤੁਸੀਂ ਬਿਲਕੁਲ ਜੀ। ਔਰ ਆ ਹਵਾਨਾ ਬਿਲਕੁਲ ਨਿਚੋੜ ਕਰ ਗਈ ਇਹ ਮੇਰੇ ਦੋਸਤਾਂ ਵੀਰਾਂ ਨੇ ਵੇਖ ਲੈਣਾ ਸ਼ੁਰੂ 'ਚ ਕਿਵੇਂ ਸੀ ਅੱਗੇ ਪਿੱਛੇ ਹਵਾਨਾ ਔਰ ਹੁਣ ਮਾਸ਼ਾਅੱਲਾ ਬਿਲਕੁਲ ਨਿਚੋੜ ਕਰ ਗਈ। ਔਰ ਇਹ ਸਾਈਡ 'ਤੇ ਦੇਖ ਲੈਣ ਹਜੇ ਦੁੱਧ ਹੈਗਾ ਬੱਚੇ ਜੋਗਾ ਬਾਕੀ ਜਿਹੜੀ ਗੱਲਬਾਤ ਹੈ ਉਹ ਕਰ ਲੈਂਦੇ ਹਾਂ ਭਾਈ ਅਬਦ ਨਾਲ ਜੋ ਵੀ ਸੂਰਤ ਹਾਲ ਹੈ। ਆ ਜਾਓ ਭਾਈ ਅਬਦ। ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ ਜੀ ਭਾਈ ਅਬਦ ਕੀ ਹਾਲ ਜੀ? ਮਾਸ਼ਾਅੱਲਾ ਬਿਲਕੁਲ ਠੀਕ ਭਾਈ। ਸ਼ੁਕਰ ਚਾਹੀਦਾ ਭਾਈ ਅਬਦ ਮਾਸ਼ਾਅੱਲਾ ਸਾਰੇ ਜਾਨਵਰ ਵੇਖ ਗਏ ਇੱਕ ਹੀ ਖੜੀ ਹੈ ਨਹੀਂ ਤਾਂ ਮਾਸ਼ਾਅੱਲਾ ਇੱਥੇ ਲਹਿਰਾਂ ਬਹਿਰਾਂ ਲੱਗੇ ਰਹਿੰਦੀਆਂ ਨੇ ਕੋਈ 8-8 ਡੰਗਰ ਖੜੇ ਹੀ ਰਹਿੰਦੇ ਨੇ ਮਾਸ਼ਾਅੱਲਾ ਅਤੇ ਅਲਹਮਦੁਲਿਲਾ ਹੁਣ ਸਭ ਜਾਨਵਰ ਵੇਖ ਗਏ ਨੇ ਗਾਹਕ ਹੀ ਇੰਨਾ ਕਿ ਮਾਸ਼ਾਅੱਲਾ ਜਾਨਵਰ ਟਿਕਦਾ ਹੀ ਨਹੀਂ ਪਿਆ। ਬਹੁਤ ਭਾਜੀ ਮਾਸ਼ਾਅੱਲਾ ਇੱਥੇ ਗਾਹਕ ਬੜਾ ਆਈ ਜਾਂਦਾ। ਇੱਕ ਤਬੀਅਤ ਨਹੀਂ ਸਹੀ ਸੀ ਹਾਂਜੀ ਜਿੰਨਾ ਮੈਂ 2 ਦਿਨ ਬਾਅਦ ਨਹੀਂ ਗਿਆ ਤਾਂ ਸਾਰਾ ਮਾਲ ਮਾਸ਼ਾਅੱਲਾ ਵੇਖ ਮਾਸ਼ਾਅੱਲਾ ਵੇਖ ਅੱਲਾ ਦੇ ਹੁਕਮ ਦੇ ਨਾਲ ਜੀ ਬਿਲਕੁਲ ਮਾਲ ਸੁਥਰਾ ਹੁੰਦਾ ਤਾਂ ਵਿਕਣਾ ਹੀ ਹੈ ਭਾਈ ਇਹ ਜਿਹੜੀ ਅੱਜ ਵੈੜ ਲਾਈ ਇਹ ਵੀ ਲਾਜਵਾਬ ਆ ਮਾਸ਼ਾਅੱਲਾ। ਪਹਿਲਾਂ ਨਹੀਂ ਕਹਿ ਰਿਹਾ ਮੰਨ ਜਾਓਗੇ ਨਹੀਂ ਦੂਜਾ ਨਾ ਜਨਮਨ ਦੋਸਤਾਂ ਦਾ ਜੇ ਮੈਂ ਕਿਹਾ ਤੀਜਾ ਸਾਬਤ ਹੋਵੇ ਘਰੋਂ ਵਾਪਸ ਘੱਲ ਦੇਵੇ ਠੀਕ ਹੋ ਗਿਆ ਦੱਸੇ ਠੀਕ ਹੋ ਗਿਆ ਭਾਈ ਅਬਦ ਇਹਦਾ ਸੁਭਾ ਦੂਸਰਾ ਭਾਜੀ ਦੂਸਰਾ ਪਹਿਲਾਂ ਨਹੀਂ ਕਹਿ ਰਿਹਾ ਮੰਨ ਜਾਓਗੇ ਠੀਕ ਹੋ ਗਿਆ ਲੇਕਿਨ ਦੂਜਾ ਓਰੀਜਨਲ ਗਰੰਟੀ ਨਾਲ ਦੂਜਾ ਸੁਭਾ ਭਾਜੀ ਅੱਛਾ ਜੀ ਤੀਜਾ ਸਾਬਤ ਹੋ ਜੇ ਤਾਂ ਭਾਈ ਅਬਦ ਜ਼ਿੰਮੇਦਾਰ ਹੋ ਕਿੰਨੇ ਦਿਨ ਹੋ ਗਏ ਸੀ ਇਹਨੂੰ ਭਾਜੀ ਤਕਰੀਬਨ 6-7 ਦਿਨ ਸੂਈ ਨੂੰ ਹੋਇਆ ਜੀ 6-7 ਦਿਨ ਦੁੱਧ ਤੇ ਆ ਗਈ ਆ ਬੋਲਾ ਨਹੀਂ ਦੁੱਧ ਆ ਠੀਕ ਹੋ ਗਿਆ ਤੇ ਮਾਸ਼ਾਅੱਲਾ ਮਾਸ਼ਾਅੱਲਾ ਆਪਾਂ 15 ਗੜੀਆਂ 14.5 28 ਕਿਲੋ ਬੰਦਾ ਹਾਂਜੀ 24 ਕਿਲੋ ਜਿਹੜਾ ਭਰਾ ਮਰਦੀ ਚੁੱਕ ਲੈ ਜਾਵੇ 24 ਕਿਲੋ ਲੋਹੇ ਤੋੜ ਗਰੰਟੀ ਆਪਣੀ ਮੈਂ ਕਿਹਾ ਨਾ ਚਵਾਂ ਭਾਈ ਆਪ ਜ਼ਿੰਮੇਦਾਰ ਇੱਕ ਟਾਈਮ ਨਹੀਂ 2 ਟਾਈਮ ਤਸੱਲੀ ਕਰ ਲੈਣੀ ਆ ਨਾ ਚਵਾਂ ਜਾਂ ਦਾ ਕਿਰਾਇਆ ਦਵਾਂ ਬੜੀ ਗੱਲ ਹੈ ਆਪਦੇ ਕਿੱਲੇ ਤੇ ਆਪਾਂ 24 ਲੀਟਰ ਮੈਂ ਕਿਹਾ ਮੇਰੇ ਕਿੱਲੇ ਤੇ ਠੱਪਾ ਲਾ ਲਵੇ ਨਾ ਚਵਾਂ ਜਾਂ ਦਾ ਕਿਰਾਇਆ ਦਵਾਂ ਬੜੀ ਗੱਲ ਹੈ ਬੜੀ ਗੱਲ ਹੈ ਭਾਈ ਆਪ ਮਾਸ਼ਾਅੱਲਾ। ਅੱਛਾ ਬਾਕੀਆਂ ਦੇ ਪਿੱਛੇ ਦੇ ਥਣਾਂ ਦੇ ਕਿਸੇ ਕਿਸਮ ਦਾ ਨੁਕਸਾਨ ਹੋਵੇ ਘਰੋਂ ਵਾਪਸ ਘੱਲ ਦਿਆ ਜੋ ਸ਼ਾਹ 2000 ਟਕਰਾਇਆ ਵੀ ਮੈਂ ਦਵਾਂ ਬੜੀ ਗੱਲ ਹੈ ਇਹ ਮੇਰੇ ਵੀਰ ਦੇਖਦੇ ਪੈਣ ਅੱਲਾ ਤੋਂ ਬਾਅਦ ਤੋਂ ਗਰੰਟੀਆਂ ਦੇ ਵਾਵਾ ਦਿਨਾਂ ਬਾਅਦ ਤੁਹਾਡੇ ਚੈਨਲ ਤੇ ਆਇਆ ਤਸੱਲੀ ਤੇ ਗਰੰਟੀ ਨਾਲ ਭਾਜੀ ਗਰੰਟੀ ਨਾਲ ਬਿਲਕੁਲ
ਇਹ ਮੇਰਾ ਇਸ ਤੋਂ ਬਾਅਦ ਤਾਂ ਗਰੰਟੀਆਂ ਦੇ ਨਹੀਂ ਸਕਦੇ। ਔਰ ਭਾਈ ਆਪ ਦਾ ਰੇਟ ਕਰੋ ਪਿਆਰ ਮੁਹੱਬਤ ਵਾਲਾ, ਅੱਜ ਕੰਮ ਤੋਂ ਕੰਮ 20-25 ਦਿਨਾਂ ਬਾਅਦ ਵੀਡੀਓ ਤੇ ਆਏ ਜੋ ਤੇ ਜਾਨਵਰ ਇੰਜ ਚੜਦਾ ਵੇਖੇ ਭਾਜੀ, ਕਿਸੇ ਕਿਸਮ ਦਾ ਨੁਕਸਾ ਹੋਵੇ ਅਗਲੇ ਦੇ ਘਰ ਦੀ ਗਰੰਟੀ ਦੁੱਧ ਤਸੱਲੀ ਨਾਲ 24 ਕਿਲੋ ਚੋ ਕੇ ਲੈ ਜਾਣਾ, ਬੜੀ ਗੱਲ ਹੈ। ਇਸ ਵਾਰ ਤਸੱਲੀ ਨਹੀਂ ਦੇ ਸਕਦੇ, ਰੇਟ ਵੀ ਮੁਨਾਸਬ ਕਰਾਂਗੇ ਜਿਹੜਾ ਭਰਾਵਾਂ ਦੀ ਸਮਝ ਵਿੱਚ ਆਵੇਗਾ। ਬਿਲਕੁਲ, 4,45,000 ਰੁਪਇਆ, 4,45,000 24 ਕਿਲੋ ਦੁੱਧ ਚੋ, 24 ਕਿਲੋ ਦੁੱਧ 4,45,000 ਰੁਪਇਆ ਦਿੰਦੇ ਜੀ। ਕੋਈ ਨੁਕਸਾ ਹੋਵੇ ਅਗਲੇ ਦੇ ਘਰ ਦੀ ਗਰੰਟੀ, ਹਾਂ ਪਿਆਰ ਮੁਹੱਬਤ ਭਾਜੀ ਲਾਜ਼ਮੀ ਹੋਏਗਾ ਇਨਸ਼ਾਅੱਲਾ। ਭਾਈ 5,000 ਛੱਡਿਆ, 4,40,000 4,40,000 ਇਹਦੇ ਚ ਵੀ ਐ ਵੀਰਾਂ ਦੀ ਕਦਰ ਤਾਂ ਹੋਵੇਗੀ ਭਾਜੀ, ਕਦਰ ਹੋਵੇਗੀ, ਲੇਕਿਨ ਨਾ ਚਾਹਵਾਂ ਭਾਈ ਆਪ ਜ਼ਿੰਮੇਦਾਰ ਆ, ਨੁਕਸਾਨ ਹੋਵੇ ਭਾਈ ਆਪ ਅਗਲੇ ਦੇ ਕਿੱਲੇ ਦਾ ਵੀ ਗਰੰਟੀ ਆ। ਠੀਕ ਹੋ ਗਿਆ, ਇਹ ਮੇਰਾ ਵੀਰਾ ਭਰਾਵਾਂ ਦੋਸਤਾਂ ਦੇਖ ਲਿਆ, 24 ਲੀਟਰ ਦੀ ਗਰੰਟੀ। ਵੀਰ ਕੋਈ ਇੱਥੇ ਆ ਜਾਵੇ ਚੁਆਈਆਂ ਕਰਕੇ ਭਾਈ ਆਪ ਦੇ ਕਿੱਲੇ ਤੇ ਲੈ ਜਾਵੇ, ਨਾ ਚੁਆਇਆ ਤੇ ਕਿਰਾਇਆ ਵਾਪਸ, ਨੁਕਸਾਨ ਹੋਇਆ ਤਾਂ ਅਗਲੇ ਦੇ ਕਿੱਲੇ ਦੀ ਵੀ ਗਰੰਟੀ। ਔਰ ਇਸ ਤੋਂ ਬਾਅਦ ਗਰੰਟੀਆਂ ਕੀ ਦੇ ਸਕਦੇ ਹਾਂ, ਔਰ 4,40,000 ਰੁਪਇਆ ਭਾਈ ਆਪ ਨੇ ਰੇਟ ਕੀਤਾ, ਇਹਦੇ 'ਚੋਂ ਵੀ ਜਿੰਨਾ ਹੋ ਸਕਿਆ ਵੀਰਾ ਭਰਾਵਾਂ ਨੂੰ ਕਮੀ ਪੇਸ਼ੀ ਕਰਾ ਕੇ ਦਿਆਂਗੇ। ਔਰ ਬਾਕੀ ਮੇਰਾ ਵੀਰਾ ਦੋਸਤਾਂ ਨੇ ਵੈੜੀ ਵੇਖਣੀ ਹੈ, ਔਰ ਮਾਸ਼ਾਅੱਲਾ ਵੈੜੀ ਨੂੰ ਜਿਸਮ ਵੇਖਣਾ, ਔਰ ਮਾਸ਼ਾਅੱਲਾ ਦੀ ਤਸੱਲੀ ਕਰਨੀ ਹੈ ਵੈੜੀ ਦੀ, ਕਿਸੇ ਪਾਸੋਂ ਕਰਮਾਲੀ ਦੀ ਕੋਈ ਕਮੀ ਨਹੀਂ ਮਾਸ਼ਾਅੱਲਾ, ਨਾ ਪ੍ਰਿੰਟ ਵੱਲੋਂ, ਨਾ ਕਲਰ ਵੱਲੋਂ, ਨਾ ਦੁੱਧ ਵੱਲੋਂ, ਮਾਸ਼ਾਅੱਲਾ ਸਿਰੋਂ ਵੀ ਮੋਨੀ ਹੈ, ਕਿਸੇ ਪਾਸੋਂ ਕੋਈ ਕਮੀ ਨਹੀਂ ਦੋਸਤੋ। ਅਗਰ ਵੀਡੀਓ ਪਸੰਦ ਆਵੇ, ਕੋਈ ਮੇਰਾ ਵੀਰ ਰੱਖ ਦੇਣਾ ਚਾਹੁੰਦਾ ਹੋਵੇ, ਮੇਰਾ ਰਾਬਤਾ ਨੰਬਰ ਲੈ ਸਕਦਾ 0302-4029-695, 0302-4029-695। ਇਹੀ ਦੋਸਤੋ ਮੇਰਾ ਵਟਸਐਪ ਨੰਬਰ ਹੈ, ਇਹੀ ਦੋਸਤੋ ਮੇਰਾ ਰਾਬਤਾ ਨੰਬਰ ਹੈ। ਉਮੀਦ ਕਰਨਾ ਕਿ ਮੇਰੇ ਦੋਸਤਾਂ ਨੂੰ ਅੱਜ ਵੀਡੀਓ ਪਸੰਦ ਆਈ ਹੋਵੇਗੀ, ਔਰ ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਨਾਜ਼ਮ ਦੇਣੀ ਇਜਾਜ਼ਤ ਲੈਣ ਕੇ ਬਾਅਦ, ਪਾਕਿਸਤਾਨ ਜ਼ਿੰਦਾਬਾਦ।